ਚੰਡੀਗੜ੍ਹ ਦੇ ਸੈਕਟਰ 35-43 ਰੋਡ 'ਤੇ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਨੇ 4 ਤੋਂ 5 ਗੱਡੀਆਂ ਜਿਹੜੀਆਂ ਉਹ ਜਿਹੜੀ ਉਹਨਾਂ 'ਤੇ ਐਕਸੀਡੈਂਟ ਕੀਤਾ ਔਰ ਬੁਰੀ ਤਰ੍ਹਾਂ ਕਹਿ ਸਕਦੇ ਹਾਂ ਕਿ ਬੁਰੀ ਤਰ੍ਹਾਂ ਆਪਸ 'ਚ ਟਕਰਾਈ ਅਤੇ ਗੱਡੀਆਂ ਕਾਫੀ ਡੈਮੇਜ ਹੋ ਚੁੱਕੀਆਂ, ਹਾਲਾਂਕਿ ਇਹਦੇ ਵਿੱਚ ਜਿਹੜੀ ਹੈ ਸੱਟਾਂ ਵੀ ਵੱਜੀ ਹੈ। ਭਾਅ ਜੀ ਹੋਇਆ ਕੀ ਸੀ, ਇਹ ਗੱਡੀ ਜਿਹੜੀ ਹੈਗੀ ਇਸ ਗੱਡੀ ਨੇ ਹਿੱਟ ਕੀਤਾ? ਭਾਅ ਜੀ ਆਪਣਾ ਲਾਈਟਾਂ 'ਤੇ ਖੜੇ ਸੀ, ਰੈੱਡ ਲਾਈਟ ਹੋਈ ਸੀ, ਇਹ ਪਿੱਛੋਂ ਗੱਡੀ ਆਈ, ਇਹਨੇ ਇਹਦੇ ਵਿੱਚ ਮਾਰਿਆ ਸਵਿਫਟ ਡਿਜ਼ਾਇਰ ਦੇ ਵਿੱਚ, ਉਹ ਰਿਡਸ 'ਚ ਵੱਜੀ, ਰਿਡਸ ਵਾਲੇ ਨੇ ਸਾਡੇ ਵਿੱਚ ਮਾਰੀ। ਠੀਕ ਹੈ, ਤੇ ਇਹ ਗੱਡੀ ਕਾਫੀ, ਕਿਉਂਕਿ ਇਹ ਗੱਡੀ ਗ੍ਰਿਲ ਗਰੁਲ ਵੀ ਟੁੱਟੀ ਹੋਈ ਹੈ ਸਾਰੀ। ਹਾਂਜੀ ਭਾਅ ਜੀ, ਜਾਨ ਬਚ ਗਈ, ਹੋਰ ਕੀ ਹੈ ਭਾਅ ਜੀ? ਤੁਸੀਂ? ਪਤਾ ਨਹੀਂ ਜੀ, ਮੈਂ ਤਾਂ ਹੁਣੇ ਆਇਆ ਜੀ। ਹਾਂਜੀ ਇਹ ਗੱਡੀ ਮੇਰੀ ਹੈ। ਵੱਡੀ ਗੱਡੀ ਹੈ? ਹਾਂਜੀ 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 ਹਾਂਜੀ। ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਗੱਡੀ ਹੈ ਇਹ ਕਾਫੀ ਤੇਜ਼ ਰਫ਼ਤਾਰ ਦੇ ਸੀਗੀ ਤੇ ਇਹਦਾ ਟਾਇਰ ਜਿਹੜਾ ਹੈਗਾ, ਕਹਿੰਦੇ ਵੀ ਟਾਇਰ ਫਟ ਗਿਆ ਤੇ ਬੰਦਾ ਇੰਨੀ ਤੇਜ਼ ਰਫ਼ਤਾਰ ਸੀ ਘੁੰਮ ਕੇ ਇੱਥੇ ਵੱਜੀ ਆ ਗਏ ਜੀ, ਗ੍ਰਿਲਾਂ ਤੋੜ ਕੇ। ਤੇ ਭਾਜੀ ਇਹ ਜਿਹੜੀ ਗੱਡੀ ਹੈ, ਹਾਂਜੀ ਭਾਜੀ ਇਹ ਗੱਡੀ ਦੀ ਇੰਨੀ ਸਪੀਡ ਸੀਗੀ ਕਿ ਇਹਨੇ ਟਿਊਬਲੈਸ ਟਾਇਰ ਪਾੜ ਕੇ, ਡਿਵਾਈਡਰ ਪਾੜ ਕੇ 5 ਗੱਡੀਆਂ ਨੂੰ ਖਾ ਗਈ ਹੈ। ਮੇਰੀ ਗੱਡੀ ਅੱਗੇ ਹੈ, ਜੀਪ ਮਰੀਡੀਅਨ ਮੇਰੀ ਨਵੀਂ ਗੱਡੀ ਹੈ, ਮੇਰੀ ਗੱਡੀ ਨਾ ਹੁੰਦੀ ਤਾਂ 5-6 ਗੱਡੀਆਂ ਹੋਰ ਹੀ ਖਾ ਜਾਂਦੀ। ਮੇਰੀ ਪਾਵਰ ਬ੍ਰੇਕ ਸੀਗੀ ਤਾਂ ਉਹਨੇ ਗੱਡੀਆਂ ਬਚਾ ਲਈਆਂ, ਗੱਡੀ ਤਾਂ ਮੇਰੀ ਵੀ ਖਤਮ ਹੋ ਗਈ ਹੈ, ਪਰ ਜਿਹਦੀ ਸੱਟ ਵੱਜੀ ਹੈ ਬੰਦੇ ਦੇ ਉਹ ਬਹੁਤ ਗਲਤ ਹੋਇਆ ਜੀ, ਕਿਉਂਕਿ ਇਹ ਤਾਂ ਪੂਰਾ ਹੀ ਡੈਮੇਜ ਹੋ ਗਈ ਭਾਜੀ। ਇਹ ਗੱਡੀ ਬਿਲਕੁਲ ਖਤਮ ਹੋ ਚੁੱਕੀ ਹੈ, ਅੱਗੇ ਵਾਲੀ ਗੱਡੀ ਦਾ ਇੰਜਨ ਖਤਮ ਹੋ ਗਿਆ ਤੇ ਬੈਕ ਵੀ ਖਤਮ ਹੋ ਚੁੱਕੀ ਹੈ, ਤੁਸੀਂ ਦੇਖ ਸਕਦੇ ਹੋ ਗੱਡੀ ਕਿੰਨੀ ਸਪੀਡ ਤੇ ਆਉਣੀ। ਵਿੱਚ ਇੰਜਰੀ ਗੱਡੀ ਦੇ ਏਅਰ ਬੈਗ ਬਿਲਕੁਲ ਖੁੱਲ ਚੁੱਕੇ ਨੇ, ਮੈਂ ਗੱਡੀ ਦਾ ਇਹ ਗੇਟ ਤੋੜ ਕੇ ਮੈਂ ਬੰਦਾ ਬਾਹਰ ਕੱਢਿਆ, ਔਰ ਦੇਖੋ ਰਿਮਕ ਬਿਲਕੁਲ ਖਤਮ ਹੋ ਚੁੱਕਿਆ। ਗੱਡੀ ਦੀ ਸਪੀਡ ਕਿੰਨੀ ਜ਼ਿਆਦਾ ਹੋਣੀ, ਟਿਊਬਲੈਸ ਟਾਇਰ ਨਹੀਂ ਪਾੜਦਾ ਇਸ ਤਰੀਕੇ ਦੇ ਨਾਲ, ਗੱਡੀ ਦੀ ਸਪੀਡ ਬਹੁਤ ਹੀ ਜ਼ਿਆਦਾ ਸੀ। ਕੋਈ ਇੰਜਰੀ ਤਾਂ ਨਹੀਂ ਹੋਈ? ਇੱਕ ਬੰਦੇ ਦੀ ਛਾਤੀ ਦੇ ਵਿੱਚ ਵੱਜੀ ਹੈ ਜੀ, ਛਾਤੀ ਦੱਬ ਗਈ ਹੈ ਉਹਦੀ, ਇਹਨੂੰ 32 ਹਸਪੀਟਲ 'ਚ ਲੈ ਕੇ ਗਏ ਨੇ, ਤੇ ਇੱਕ ਮੁੰਡਾ ਹੋਰ ਸੀ ਉਹਦੇ ਖੂਨ ਨਿਕਲਿਆ, ਉਹ ਵੀ ਹਸਪੀਟਲ ਲੋਕਲ ਚਲਾ ਗਿਆ ਨਾਲ ਦੀ ਨਾਲ, ਕਿਉਂਕਿ ਪੁਲਿਸ ਨੂੰ ਲੱਗ ਗਿਆ ਟਾਈਮ ਆਉਂਦੇ ਹੁੰਦੇ। ਠੀਕ ਹੈ, ਤੇ ਇਹਦੇ 'ਚ ਸੀਗਾ ਸਵਿਫਟ ਗੱਡੀ 'ਚ ਕੋਈ ਸਵਾਰੀ ਵਗੈਰਾ ਬੈਠੇ ਸੀ? ਸਵਿਫਟ ਗੱਡੀ 'ਚ ਸਵਾਰੀਆਂ ਸੀਗੀਆਂ ਜੀ, ਦੋ ਉਹ ਉਤਰ ਗਈਆਂ ਜੀ, ਉਹ ਆਪਣੀ ਸੇਫਟੀ ਦੇਖਦੇ ਹੋਏ, ਕਿਉਂਕਿ ਅੱਧਾ ਘੰਟਾ ਹੋ ਗਿਆ ਆਏ ਖੜੇ ਐਕਸੀਡੈਂਟ ਰੂਟ ਤੇ, ਉਹ ਚਲੇ ਗਈਆਂ ਨੇ। ਸਾਡੀ ਗੱਡੀਆਂ ਜ਼ਿਆਦਾ ਨੁਕਸਾਨ ਹੋਈਆਂ ਨੇ, ਅਸੀਂ ਪੁਲਿਸ ਨੂੰ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਜਿਹੜਾ ਬਣਦਾ ਹੈ ਨਿਆਂ ਦਿੱਤਾ ਜਾਵੇ। ਬਿਲਕੁਲ, ਇਹ ਗੱਡੀ ਜਿਹੜੀ ਹੈਗੀ ਕਾਫੀ ਤੇਜ਼ ਰਫ਼ਤਾਰ ਦੀ ਸੀਗੀ, ਇਹਦਾ ਟਾਇਰ ਫਟਿਆ, ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਦਾ ਜਿਹੜਾ ਟਾਇਰ ਬਲਾਸਟ ਹੋਇਆ, ਜਿਸ ਕਰਕੇ ਇਹ ਗੱਡੀ ਗ੍ਰਿਲ ਜਿਹੜੀ ਹੈਗੀ ਹੈ ਉਹ ਡੈਮੇਜ ਕਰਦੀ ਹੋਈ ਦੂਜੇ ਪਾਸੇ ਆਈ, ਤੇ ਦੂਜੇ ਪਾਸੇ ਆ ਕੇ ਪੂਰੀ ਜਿਹੜੀ ਇਹ ਗੱਡੀਆਂ ਖੜੀਆਂ ਲਾਈਨ ਸਰ, ਇੱਕ ਸਵਿਫਟ ਗੱਡੀ ਹੈ, ਰੇਟਸ ਹੈ, ਰੇਟਸ ਤੋਂ ਅੱਗੇ ਨਵੀਂ ਜੀਪ ਹੈ, ਇਹ ਪੂਰੀ ਗੱਡੀਆਂ ਜਿਹੜੀਆਂ ਆਪਸ 'ਚ ਡੈਮੇਜ ਹੋਈ ਹੈ। ਹਾਲਾਂਕਿ ਜਿਹੜਾ ਇੰਜਰੀ ਹੋਈ ਹੈ ਜਿਹਨਾਂ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ, ਲੇਕਿਨ 35-43 ਜਿਹੜਾ ਇਹ ਰੋਡ ਹੈ ਉਹਦੇ ਵਿੱਚ ਹੁਣ ਹਾਲਾਂਕਿ ਪੁਲਿਸ ਆਈ ਹੈ, ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਇਹ ਪੂਰਾ ਕੀ ਸੀਗਾ, ਕੌਣ ਤੇਜ਼ ਰਫ਼ਤਾਰ ਦੇ ਵਿੱਚ ਸੀਗੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਲੇਕਿਨ ਰਾਹਤ ਦੀ ਗੱਲ ਹੈ ਕਿ ਜ਼ਿਆਦਾ ਇਹਦੇ ਵਿੱਚ ਜਿਹੜੀ ਹੈਗੀ ਕੋਈ ਕੈਜੁਅਲਟੀ ਜਿਹੜੀ ਹੈ ਉਹ ਨਹੀਂ ਹੋਈ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਚੰਡੀਗੜ੍ਹ ਦੇ ਸੈਕਟਰ 35-43 ਰੋਡ 'ਤੇ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਨੇ 4 ਤੋਂ 5 ਗੱਡੀਆਂ ਜਿਹੜੀਆਂ ਉਹ ਜਿਹੜੀ ਉਹਨਾਂ 'ਤੇ ਐਕਸੀਡੈਂਟ ਕੀਤਾ, ਔਰ ਬੁਰੀ ਤਰ੍ਹਾਂ ਕਹਿ ਸਕਦੇ ਹਾਂ ਕਿ ਬੁਰੀ ਤਰ੍ਹਾਂ ਆਪਸ 'ਚ ਟਕਰਾਈ ਅਤੇ ਗੱਡੀਆਂ ਕਾਫੀ ਡੈਮੇਜ ਹੋ ਚੁੱਕੀਆਂ, ਹਾਲਾਂਕਿ ਇਹਦੇ ਵਿੱਚ ਜਿਹੜੀ ਹੈ ਸੱਟਾਂ ਵੀ ਵੱਜੀ ਹੈ। ਭਾਅ ਜੀ ਹੋਇਆ ਕੀ ਸੀ, ਇਹ ਗੱਡੀ ਜਿਹੜੀ ਹੈਗੀ ਇਸ ਗੱਡੀ ਨੇ ਹਿੱਟ ਕੀਤਾ? ਭਾਅ ਜੀ ਆਪਣਾ ਲਾਈਟਾਂ 'ਤੇ ਖੜੇ ਸੀ, ਰੈੱਡ ਲਾਈਟ ਹੋਈ ਸੀ, ਇਹ ਪਿੱਛੋਂ ਗੱਡੀ ਆਈ, ਇਹਨੇ ਇਹਦੇ ਵਿੱਚ ਮਾਰਿਆ ਸਵਿਫਟ ਡਿਜ਼ਾਇਰ ਦੇ ਵਿੱਚ, ਉਹ ਰਿਡਸ 'ਚ ਵੱਜੀ, ਰਿਡਸ ਵਾਲੇ ਨੇ ਸਾਡੇ ਵਿੱਚ ਮਾਰੀ। ਠੀਕ ਹੈ, ਤੇ ਇਹ ਗੱਡੀ ਕਾਫੀ, ਕਿਉਂਕਿ ਇਹ ਗੱਡੀ ਗ੍ਰਿਲ ਗਰੁਲ ਵੀ ਟੁੱਟੀ ਹੋਈ ਹੈ ਸਾਰੀ। ਹਾਂਜੀ ਭਾਅ ਜੀ, ਜਾਨ ਬਚ ਗਈ, ਹੋਰ ਕੀ ਹੈ ਭਾਅ ਜੀ? ਤੁਸੀਂ? ਪਤਾ ਨਹੀਂ ਜੀ, ਮੈਂ ਤਾਂ ਹੁਣੇ ਆਇਆ ਜੀ। ਹਾਂਜੀ ਇਹ ਗੱਡੀ ਮੇਰੀ ਹੈ। ਵੱਡੀ ਗੱਡੀ ਹੈ? ਹਾਂਜੀ 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 ਹਾਂਜੀ। ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਗੱਡੀ ਹੈ ਇਹ ਕਾਫੀ ਤੇਜ਼ ਰਫ਼ਤਾਰ ਦੇ ਸੀਗੀ ਤੇ ਇਹਦਾ ਟਾਇਰ ਜਿਹੜਾ ਹੈਗਾ, ਕਹਿੰਦੇ ਵੀ ਟਾਇਰ ਫਟ ਗਿਆ ਤੇ ਬੰਦਾ ਇੰਨੀ ਤੇਜ਼ ਰਫ਼ਤਾਰ ਸੀ ਘੁੰਮ ਕੇ ਇੱਥੇ ਵੱਜੀ ਆ ਗਏ ਜੀ, ਗ੍ਰਿਲਾਂ ਤੋੜ ਕੇ। ਠੀਕ ਹੈ, ਤੇ ਭਾਜੀ ਇਹ ਜਿਹੜੀ ਗੱਡੀ ਹੈ, ਹਾਂਜੀ ਭਾਜੀ ਇਹ ਗੱਡੀ ਦੀ ਇੰਨੀ ਸਪੀਡ ਸੀਗੀ ਕਿ ਇਹਨੇ ਟਿਊਬਲੈਸ ਟਾਇਰ ਪਾੜ ਕੇ, ਡਿਵਾਈਡਰ ਪਾੜ ਕੇ 5 ਗੱਡੀਆਂ ਨੂੰ ਖਾ ਗਈ ਹੈ। ਮੇਰੀ ਗੱਡੀ ਅੱਗੇ ਹੈ, ਜੀਪ ਮਰੀਡੀਅਨ ਮੇਰੀ ਨਵੀਂ ਗੱਡੀ ਹੈ, ਮੇਰੀ ਗੱਡੀ ਨਾ ਹੁੰਦੀ ਤਾਂ 5-6 ਗੱਡੀਆਂ ਹੋਰ ਹੀ ਖਾ ਜਾਂਦੀ।
ਮੇਰੀ ਪਾਵਰ ਬ੍ਰੇਕ ਸੀਗੀ ਤਾਂ ਉਹਨੇ ਗੱਡੀਆਂ ਬਚਾ ਲਈਆਂ, ਗੱਡੀ ਤਾਂ ਮੇਰੀ ਵੀ ਖਤਮ ਹੋ ਗਈ ਹੈ, ਪਰ ਜਿਹਦੀ ਸੱਟ ਵੱਜੀ ਹੈ ਬੰਦੇ ਦੇ ਉਹ ਬਹੁਤ ਗਲਤ ਹੋਇਆ ਜੀ, ਕਿਉਂਕਿ ਇਹਦਾ ਪੂਰਾ ਹੀ ਡੈਮੇਜ ਹੋ ਗਈ ਇਹ ਗੱਡੀ ਬਿਲਕੁਲ ਖਤਮ ਹੋ ਚੁੱਕੀ ਹੈ, ਅੱਗੇ ਵਾਲੀ ਗੱਡੀ ਦਾ ਇੰਜਨ ਖਤਮ ਹੋ ਗਿਆ ਤੇ ਬੈਕ ਵੀ ਖਤਮ ਹੋ ਚੁੱਕੀ ਹੈ, ਤੁਸੀਂ ਦੇਖ ਸਕਦੇ ਹੋ ਗੱਡੀ ਕਿੰਨੀ ਸਪੀਡ ਤੇ ਆਉਣੀ ਵਿੱਚ ਇੰਜਰੀ, ਗੱਡੀ ਦੇ ਏਅਰ ਬੈਗ ਬਿਲਕੁਲ ਖੁੱਲ ਚੁੱਕੇ ਨੇ, ਮੈਂ ਗੱਡੀ ਦਾ ਇਹ ਗੇਟ ਤੋੜ ਕੇ ਮੈਂ ਬੰਦਾ ਬਾਹਰ ਕੱਢਿਆ, ਔਰ ਦੇਖੋ ਰਿਮਕ ਬਿਲਕੁਲ ਖਤਮ ਹੋ ਚੁੱਕਿਆ, ਗੱਡੀ ਦੀ ਸਪੀਡ ਕਿੰਨੀ ਜ਼ਿਆਦਾ ਹੋਣੀ, ਟਿਊਬਲੈਸ ਟਾਇਰ ਨਹੀਂ ਪਾੜਦਾ ਇਸ ਤਰੀਕੇ ਦੇ ਨਾਲ, ਗੱਡੀ ਦੀ ਸਪੀਡ ਬਹੁਤ ਹੀ ਜ਼ਿਆਦਾ ਸੀ। ਕੋਈ ਇੰਜਰੀ ਤਾਂ ਨਹੀਂ ਹੋਈ? ਇੱਕ ਬੰਦੇ ਦੀ ਛਾਤੀ ਦੇ ਵਿੱਚ ਵੱਜੀ ਹੈ ਜੀ, ਛਾਤੀ ਦੱਬ ਗਈ ਹੈ ਉਹਦੀ, ਨੂੰ ਬੱਤੀ ਹਸਪੀਟਲ 'ਚ ਲੈ ਕੇ ਗਏ ਨੇ, ਤੇ ਇੱਕ ਮੁੰਡਾ ਹੋਰ ਸੀ ਉਹਦੇ ਖੂਨ ਨਿਕਲਿਆ, ਉਹ ਵੀ ਹਸਪੀਟਲ ਲੋਕਲ ਚਲਾ ਗਿਆ ਨਾਲ ਦੀ ਨਾਲ, ਕਿਉਂਕਿ ਪੁਲਿਸ ਨੂੰ ਲੱਗ ਗਿਆ ਟਾਈਮ ਆਉਂਦੇ ਹੁੰਦੇ। ਠੀਕ ਹੈ, ਤੇ ਇਹਦੇ 'ਚ ਸੀਗਾ ਸਵਿਫਟ ਗੱਡੀ 'ਚ ਕੋਈ ਸਵਾਰੀ ਵਗੈਰਾ ਬੈਠੇ ਸੀ? ਸਵਿਫਟ ਗੱਡੀ 'ਚ ਸਵਾਰੀਆਂ ਸੀਗੀਆਂ ਜੀ ਦੋ, ਉਹ ਉਤਰ ਗਈਆਂ ਜੀ ਉਹ ਆਪਣੀ ਸੇਫਟੀ ਦੇਖਦੇ ਹੋਏ, ਕਿਉਂਕਿ ਅੱਧਾ ਘੰਟਾ ਹੋ ਗਿਆ ਆਏ ਖੜੇ ਐਕਸੀਡੈਂਟ ਰੂਟ ਤੇ, ਉਹ ਚਲੇ ਗਈਆਂ ਨੇ, ਸਾਡੀ ਗੱਡੀਆਂ ਜ਼ਿਆਦਾ ਨੁਕਸਾਨ ਹੋਈਆਂ ਨੇ, ਅਸੀਂ ਪੁਲਿਸ ਨੂੰ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਜਿਹੜਾ ਬਣਦਾ ਹੈ ਨਿਆਂ ਦਿੱਤਾ ਜਾਵੇ। ਬਿਲਕੁਲ, ਇਹ ਗੱਡੀ ਜਿਹੜੀ ਹੈਗੀ ਕਾਫੀ ਤੇਜ਼ ਰਫਤਾਰ ਦੀ ਸੀਗੀ, ਇਹਦਾ ਟਾਇਰ ਫਟਿਆ, ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਦਾ ਜਿਹੜਾ ਟਾਇਰ ਬਲਾਸਟ ਹੋਇਆ, ਜਿਸ ਕਰਕੇ ਇਹ ਗੱਡੀ ਗ੍ਰਿਲ ਜਿਹੜੀ ਹੈਗੀ ਹੈ ਉਹ ਡੈਮੇਜ ਕਰਦੀ ਹੋਈ ਦੂਜੇ ਪਾਸੇ ਆਈ, ਤੇ ਦੂਜੇ ਪਾਸੇ ਆ ਕੇ ਪੂਰੀ ਜਿਹੜੀ ਇਹ ਗੱਡੀਆਂ ਖੜੀਆਂ ਲਾਈਨ ਸਰ, ਇੱਕ ਸਵਿਫਟ ਗੱਡੀ ਹੈ, ਰੇਟਸ ਹੈ, ਰੇਟਸ ਤੋਂ ਅੱਗੇ ਨਵੀਂ ਜੀਪ ਹੈ, ਇਹ ਪੂਰੀ ਗੱਡੀਆਂ ਜਿਹੜੀਆਂ ਆਪਸ 'ਚ ਡੈਮੇਜ ਹੋਈ ਹੈ। ਹਾਲਾਂਕਿ ਜਿਹੜਾ ਇੰਜਰੀ ਹੋਈ ਹੈ ਜਿਹਨਾਂ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ, ਲੇਕਿਨ 35-43 ਜਿਹੜਾ ਇਹ ਰੋਡ ਹੈ ਉਹਦੇ ਵਿੱਚ ਹੁਣ ਹਾਲਾਂਕਿ ਪੁਲਿਸ ਆਈ ਹੈ, ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਇਹ ਪੂਰਾ ਕੀ ਸੀਗਾ, ਕੌਣ ਤੇਜ਼ ਰਫਤਾਰ ਦੇ ਵਿੱਚ ਸੀਗੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਲੇਕਿਨ ਰਾਹਤ ਦੀ ਗੱਲ ਹੈ ਕਿ ਜ਼ਿਆਦਾ ਇਹਦੇ ਵਿੱਚ ਜਿਹੜੀ ਹੈਗੀ ਕੋਈ ਕੈਜੁਅਲਿਟੀ ਜਿਹੜੀ ਹੈ ਉਹ ਨਹੀਂ ਹੋਈ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।